ਅਰਜ਼ ਕਰ ਰਿਹਾ ਸਮਾਂ। ਲਿਖਣ ਵਾਲੇ ਨੇ ਲਿਖਿਆ ਆਪਣੀ ਹੱਡ ਬੀਤੀ, ਤੇ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ। ਟਾਈਟਲ ਸੀ ਉਹਦਾ, ਪੇਪਰ ਚ ਛਪਿਆ ਸੀ ਅਖਬਾਰ ਵਿੱਚ, ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ। ਤੇ ਮੈਂ ਉਹ ਤੁਰਿਆ ਜਾਵਾਂ ਦੀਵਾਨ ਦੇ ਉੱਤੇ ਤੇ ਮੈਨੂੰ ਅਖਬਾਰ ਮਿਲ ਗਿਆ ਪੜ੍ਹਨ ਲਈ। ਮੈਂ ਤੁਰਦੇ ਤੁਰਦੇ ਨੇ ਦੋ ਮਿੰਟ ਨਜ਼ਰ ਮਾਰੀ ਤੇ ਮੈਂ ਉਹ ਉਵੇਂ ਹੀ ਦੀਵਾਨ ਚ ਇੱਕ ਵਾਰੀ ਸੁਣਾਇਆ। ਤਾਂ ਮੈਂ ਅੱਜ ਫਿਰ ਚਾਹੁੰਦਾ ਮੈਂ ਫਿਰ ਦੁਬਾਰਾ ਸਾਂਝਾ ਕਰਾਂ। ਉਹ ਬੰਦੇ ਨੇ ਲਿਖਿਆ ਕਿ ਮੈਂ ਸਕੂਲ ਵਿੱਚ ਪੜ੍ਹਦਾ ਸਾਂ, ਮੈਂ ਜਦੋਂ ਹੋਸ਼ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ ਸੀ। ਇੱਕ ਤੇ ਉਦਾਂ ਉਹਦਾ ਰੰਗ ਬਹੁਤਾ ਸੋਹਣਾ ਨਹੀਂ ਸੀ ਤੇ ਇੱਕ ਮੇਰੀ ਮਾਂ ਦੀ ਅੱਖ ਜਿਹੜੀ ਕੱਢੀ ਹੋਈ ਸੀ, ਤਾਂ ਕਰਕੇ ਮੇਰੀ ਮਾਂ ਦਾ ਚਿਹਰਾ ਡਰਾਵਣਾ ਸੀ। ਤੇ ਮੈਨੂੰ ਮਾਂ ਨੂੰ ਵੇਖ ਕੇ ਬੜੀ ਸ਼ਰਮ ਆਇਆ ਕਰੇ। ਲੋਕਾਂ ਦੀਆਂ ਮਾਵਾਂ ਸਕੂਲ ਚ ਆਉਂਦੀਆਂ ਨੇ ਤੇ ਉਹ ਸਾਰੀਆਂ ਸੋਹਣੀਆਂ ਨੇ ਤੇ ਮੇਰੀ ਮਾਂ ਕਿੱਦਾਂ ਦੀ ਹੈ? ਉਹ ਕਹਿੰਦਾ ਮੈਂ ਹਮੇਸ਼ਾ ਕਿਹਾ ਕਰਾਂ ਆਪਣੀ ਮਾਂ ਨੂੰ ਵੀ ਤੂੰ ਅੰਦਰ ਵੜ ਕੇ ਰਿਹਾ ਕਰ, ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ, ਵੀ ਮੈਨੂੰ ਪਤਾ ਨਾ ਲੱਗੇ ਕਿਸੇ ਨੂੰ ਵੀ ਇਹ ਮੇਰੀ ਮਾਂ ਹੈ। ਮੈਂ ਲੁਕੋ ਲੁਕੋ ਕੇ ਰੱਖਦਾ ਸਾਂ, ਲੜਦਾ ਸਾਂ ਉਹਦੇ ਨਾਲ, ਤੇਰੀ ਇੱਕ ਅੱਖ ਹੈ ਤੂੰ ਭੈੜੀ ਲੱਗਣੀ ਹੈ, ਮੇਰੇ ਸਾਹਮਣੇ ਨਾ ਜਾਈ, ਬਾਹਰ ਨਾ ਆਈ ਕਦੇ, ਮੇਰੇ ਬੱਚਿਆਂ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਤੂੰ ਮਿਲੀ ਨਾ, ਸਾਹਮਣੇ ਨਾ ਜਾਈ। ਉਹ ਕਹਿੰਦੇ ਮਾਂ ਮੇਰੀ ਡਰਦੀ ਡਰਦੀ ਅੰਦਰ ਰਿਹਾ ਕਰੇ। ਫਿਰ ਹੁਣ ਉਹਨੂੰ ਮੋਹ ਆਇਆ ਕਰੇ, ਉਹ ਮੈਨੂੰ ਕਹਿੰਦਾ ਲਾਡ ਲਡਾਇਆ ਕਰੇ, ਪਰ ਉਹਦਾ ਲਾਡ ਮੈਨੂੰ ਭੈੜਾ ਲੱਗੇ, ਵੀ ਮੈਨੂੰ ਹੱਥ ਨਾ ਲਾਵੇ, ਮੈਨੂੰ ਮੇਰੀ ਮਾਂ ਚੁੱਕੇ ਨਾ, ਮੈਨੂੰ ਮੇਰੀ ਮਾਂ ਰੋਟੀ ਨਾ ਦੇਵੇ, ਮੈਂ ਆਪੇ ਪਾ ਕੇ ਖਾ ਲਾਂਗਾ, ਪਰ ਮਾਂ ਮੈਨੂੰ ਹੱਥ ਨਾ ਲਾਵੇ, ਮੈਂ ਹਮੇਸ਼ਾ। ਉਹ ਬੰਦਾ ਕਹਿੰਦਾ ਆਪਣੀ ਮਾਂ ਨਾਲ ਨਫ਼ਰਤ ਕੀਤੀ, ਭੈੜਾ ਹੀ ਸਮਝਿਆ ਮੈਂ ਆਪਣੀ ਮਾਂ ਨੂੰ, ਚੰਗਾ ਨਹੀਂ ਸਮਝਿਆ। ਇੱਕ ਵਾਰੀ ਮੇਰੀ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ, ਲੋਕਾਂ ਦੇ ਮਾਤਾ ਪਿਤਾ ਆਏ ਤੇ ਉਹ ਵੀ ਆ ਗਏ, ਮੈਂ ਪਾਸ ਹੋਇਆ ਤੇ ਮੈਂ ਕਹਿੰਦਾ ਜਦੋਂ ਮੇਰੀ ਮਾਂ ਨੂੰ ਵੇਖਿਆ ਨਾ, ਇੰਨਾ ਲੜਿਆ ਕਿ ਆਪਣੀ ਮਾਂ ਨੂੰ ਮੈਂ ਮਾਰਿਆ ਵੀ, ਤੂੰ ਕਿਉਂ ਸਕੂਲ ਚ ਆਈ, ਤੂੰ ਕਿਉਂ ਸਾਹਮਣੇ ਆ ਜਾਂਦੀ ਹੈ ਮੇਰੇ, ਮੈਨੂੰ ਸ਼ਰਮ ਆਉਂਦੀ ਹੈ, ਮੈਂ ਬੱਚੇ ਕੀ ਕਹਿਣਗੇ ਵੀ ਆਹ ਤੇਰੀ ਮਾਂ ਕਿੱਦਾਂ ਦੀ, ਇੱਕ ਅੱਖ ਸੀ। ਤੇ ਕਹਿੰਦਾ ਮੈਂ ਪੜ੍ਹਿਆ, ਸ਼ੁਕਰ ਕੀਤਾ ਪੜ੍ਹਿਆ ਤੇ ਮੈਂ ਕਾਲਜ ਗਿਆ, ਮੈਂ ਹੋਸਟਲ ਚਲਿਆ ਗਿਆ ਵੀ ਮੈਂ ਪਿੰਡੋਂ ਹੀ ਨਿਕਲ ਜਾ, ਮੇਰੇ ਇਹ ਮੱਥੇ ਨਾ ਲੱਗੇ, ਇਹ ਔਰਤ ਮੇਰੇ ਮੱਥੇ ਨਾ ਲੱਗੇ। ਕਹਿੰਦਾ ਮੈਂ ਮਾਂ ਨੀ, ਉਹਨੂੰ ਔਰਤ ਕਹਿੰਦਾ ਸੀ, ਮਾਂ ਤੇ ਕਿਹਾ ਹੀ ਨਹੀਂ ਸੀ ਕਦੀ ਚੱਜ ਤਰ੍ਹਾਂ। ਹੁਣ ਕਹਿੰਦਾ ਮੈਂ ਸਮਾਂ ਲੰਘਦਾ ਗਿਆ ਤੇ ਮੈਂ ਹੋਸਟਲ ਚ ਪੜ੍ਹਿਆ, ਪੜ੍ਹਦੇ ਪੜ੍ਹਦੇ ਨੂੰ ਨੌਕਰੀ ਮਿਲ ਗਈ, ਚਲੋ ਚੰਗੇ ਨੌਕਰੀ ਕਰਨ ਕਰਕੇ ਮੈਂ ਆਊਟ ਆਫ ਸਟੇਟ ਚਲਿਆ ਗਿਆ, ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮੈਨੂੰ ਨੌਕਰੀ ਮਿਲ ਗਈ। ਜਦੋਂ ਮੈਨੂੰ ਨੌਕਰੀ ਮਿਲੀ ਤੇ ਮੈਂ ਆਖਿਆ ਸ਼ੁਕਰ ਹੋਇਆ, ਮੈਂ ਵਿਆਹ ਵੀ ਬਾਹਰ ਹੀ ਕਰਵਾਇਆ ਵੀ ਮੇਰੀ ਜਿਹੜੀ ਘਰ ਵਾਲੀ ਉਹ ਵੀ ਮੇਰੀ ਮਾਂ ਨੂੰ ਨਾ ਹੀ ਵੇਖੇ ਤੇ ਚੰਗਾ, ਮੈਂ ਵਿਆਹ ਵੀ ਬਾਹਰ ਹੀ ਕਰਾ ਲਿਆ। ਤੇ ਮੈਂ ਉੱਥੋਂ ਹੀ ਇੱਕ ਵਾਰੀ ਮਾਂ ਨੂੰ ਮਿਲਿਆ ਮਾੜਾ ਜਿਹਾ ਆਇਆ, ਮੈਂ ਆਖਿਆ ਵੀ ਮੈਂ ਤੇ ਚੱਲਿਆ, ਮੇਰਾ ਤੇ ਆਪਣਾ ਕਿਤੇ ਟਿਕਾਣਾ ਬਣਾ ਲਿਆ, ਮੈਂ ਐਡਰੈਸ ਵੀ ਨਹੀਂ ਦਿੱਤਾ ਵੀ ਮੈਂ ਰਹਿਣਾ ਕਿੱਥੇ, ਮੈਂ ਵੀ ਕਹਿਤਾ ਵੀ ਬੇਬੇ ਵਿਆਹ ਕਰਾ ਲਿਆ, ਮੈਨੂੰ ਕਹਿੰਦੀ ਪੁੱਤਰਾ ਪਾਣੀ ਤੇ ਮੈਂ ਵਾਰਿਆ ਹੀ ਨਹੀਂ, ਇੱਕੋ ਹੀ ਪੁੱਤ ਸੈ ਮੇਰਾ, ਮੈਂ ਪਾਣੀ ਨਹੀਂ ਵਾਰਿਆ ਤੇਰੇ ਤੋਂ, ਮੈਂ ਸ਼ਗਨ ਨਹੀਂ ਕੀਤੇ ਤੇਰੇ। ਪਰ ਕਹਿੰਦੇ ਉਹ ਮੈਂ ਕਹਿੰਦਾ ਆਖਿਆ ਵੀ ਚੱਲ ਜੇ ਸਗਨਾਂ ਨੂੰ ਛੱਡ ਤੂੰ ਮੈਂ ਨੌਕਰੀ ਲੱਗ ਗਿਆ, ਮੈਂ ਠੀਕ ਹਾਂ, ਤੂੰ ਆਪਣੇ ਆਨੰਦ ਚ ਰਹਿ, ਆ ਮਾੜੀ ਮੋਟੀ ਜ਼ਮੀਨ ਹੈ ਤੇਰਾ ਗੁਜ਼ਾਰਾ ਹੋ ਹੀ ਜਾਏਗਾ, ਚੱਲ ਕੋਈ ਨੀ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲਣ ਆਵਾਂਗਾ। ਮੇਰੀ ਮਾਂ ਕਹਿੰਦੀ ਪੁੱਤਰਾ ਇਹ ਤੇ ਦੱਸ ਜਾ ਸਿਰਨਾਵਾਂ ਤੇ ਦੇ ਰਹਿਣਾ ਕਿੱਥੇ ਹੈ, ਮੇਰੀਆਂ ਅੱਖਾਂ ਲੋਚਣ ਤੇ ਮੈਂ ਪੁੱਤ ਵੇਖ ਤੇ ਸਕਾਂ ਆਪਣਾ, ਮਰਿਆ ਤੇ ਬੰਦਾ ਭੁੱਲ ਜਾਂਦਾ, ਜਿਉਂਦਾ ਕਿਵੇਂ ਛੱਡਿਆ ਜਾਏ, ਅੱਖਾਂ ਤੇ ਲੋਚਦੀਆਂ ਹੀ ਨੇ ਵੀ ਪੁੱਤਰ ਵੇਖਣਾ ਹੈ।
ਤੇ ਕਹਿੰਦਾ ਮੈਂ ਨੀ ਐਡਰੈਸ ਦਿੱਤਾ ਉਹਨੂੰ, ਮੈਂ ਚਲਿਆ ਗਿਆ। ਕਹਿੰਦਾ ਮੈਂ 10 ਸਾਲ ਨਾ ਵੜਿਆ ਮੁੜ ਕੇ ਪਿੰਡ ਚ, ਮੇਰੇ ਬੱਚੇ ਹੋ ਗਏ, ਧੀ ਹੋਈ, ਮੇਰਾ ਪੁੱਤ ਹੋਇਆ, ਆਪਣੀ ਹੱਡ ਬੀਤੀ ਲਿਖਦਾ। ਕਹਿੰਦਾ ਪਤਾ ਨੀ ਕਿੰਨੇ ਮੇਰਾ ਐਡਰੈਸ ਮੇਰੀ ਮਾਂ ਨੂੰ ਦੇ ਦਿੱਤਾ। ਨੌਕਰੀ ਕਰਨ ਵਾਲਾ ਇੱਕ ਬੰਦਾ ਜਾਣਦਾ ਸੀ, ਉਹਨੇ ਅੱਗੇ ਤੋਂ ਅੱਗੇ ਕਹਿਤਾ ਵੀ ਤੇਰਾ ਮੁੰਡਾ ਫਲਾਣੇ ਸ਼ਹਿਰ ਚ ਰਹਿੰਦਾ, ਆ ਉਹਦਾ ਕੋਠੀ ਨੰਬਰ ਹੈ, ਕੰਮ ਕਰਦਾ। ਕਹਿੰਦਾ 10 ਸਾਲ ਹੋ ਗਏ ਸੀ ਮੇਰੀ ਮਾਂ ਨੂੰ, ਮੈਨੂੰ ਵੇਖਿਆ ਨੀ ਸੀ ਉਹਨੇ, ਤੇ ਉਹਦੇ ਅੰਦਰ ਲਾਲਸਾ ਜਾਗੀ ਵੀ ਮੈਂ ਇੱਕ ਵਾਰੀ ਆਪਣੇ ਪੁੱਤ ਦਾ ਮੂੰਹ ਵੇਖ ਲਾਂ। 10 ਸਾਲਾਂ ਬਾਅਦ ਕਹਿੰਦੇ ਕੱਲੀ ਰੋਟੀ ਪਕਾਉਂਦੀ ਸੀ, ਖਾਂਦੀ ਸੀ, ਉਹ ਕੱਲੀ ਮੇਰੀ ਮਾਂ ਮੈਨੂੰ ਮਿਲਣ ਆਈ। ਜਦੋਂ ਮੈਨੂੰ ਮਿਲਣ ਵਾਸਤੇ ਆਈ ਤੇ ਕਹਿੰਦਾ ਉਹਨੇ ਪਤਾ ਨੀ ਲੱਭਦੀ ਲੱਭਦੀ ਵਿਚਾਰੀ ਖੱਜਲ ਖੁਆਰ ਹੋ ਕੇ ਅੱਪੜੀ। ਜਦੋਂ ਕਹਿੰਦਾ ਦਰਵਾਜ਼ਾ ਉਹਨੇ ਘੰਟੀ ਖੜਕਾਈ ਤੇ ਖੋਲੀ ਮੇਰੇ ਮੁੰਡੇ ਨੇ, ਤੇ ਮੇਰਾ ਮੁੰਡਾ ਚੀਕਾਂ ਮਾਰਨ ਲੱਗ ਪਿਆ ਵੇਖ ਕੇ। ਉਹਦਾ ਚਿਹਰਾ ਏਦਾਂ ਦਾ ਸੀ, ਉਹਦੇ ਅੱਖ ਇੱਕ ਹੋਣ ਕਰਕੇ ਡਰ ਗਿਆ। ਜਦੋਂ ਮੇਰਾ ਬੱਚਾ ਡਰਿਆ, ਮੈਂ ਇੱਕਦਮ ਬਾਹਰ ਨਿਕਲਿਆ, ਮੈਂ ਵੇਖਿਆ ਤੇ ਮੇਰੀ ਮਾਂ, ਮੈਂ ਗਲ ਪੈ ਗਿਆ। ਮੈਂ ਆਖਿਆ ਤੂੰ ਹੁਣ ਵੀ ਮੇਰਾ ਖੇੜਾ ਨਹੀਂ ਛੱਡਦੀ, ਇੱਥੇ ਤੂੰ ਕਿਵੇਂ ਆ ਗਈ, ਤੈਨੂੰ ਇਹ ਐਡਰੈਸ ਕਿਹਨੇ ਦਿੱਤਾ, ਮੇਰੇ ਬੱਚੇ ਡਰਾਤੇ, ਤੂੰ ਮੇਰਾ ਪਰਿਵਾਰ ਡਰ ਗਿਆ ਤੈਨੂੰ ਵੇਖ ਕੇ, ਨਿਕਲ ਮੇਰੇ ਘਰ ਚੋਂ। ਕਹਿੰਦਾ ਮੈਂ ਉਹਨੂੰ ਚਾਹ ਨਹੀਂ ਪੁੱਛੀ, ਪਾਣੀ ਨਹੀਂ ਪੁੱਛਿਆ, ਬਾਹਰ ਕੱਢ ਦਿੱਤਾ। ਤੇ ਮੈਨੂੰ ਜਾਂਦੀ ਕਹਿੰਦੀ ਪੁੱਤਰਾ ਮੈਂ ਚੱਲੀ ਆ, ਤੂੰ ਧੱਕੇ ਨਾ ਮਾਰ, ਮੈਂ ਚੱਲੀ ਆ, ਛੱਡ ਚੱਲੀ ਆ ਮੈਂ ਘਰ ਤੇਰਾ, ਪਰ ਮੈਂ ਮੂੰਹ ਵੇਖਣਾ ਸੀ, ਮੈਂ ਬਸ ਮੈਂ ਤੈਨੂੰ ਵੇਖ ਲਿਆ, ਮੈਂ ਚੱਲੀ, ਮੈਂ ਤੇਰਾ ਚਿਹਰਾ ਵੇਖਣਾ ਸੀ ਵੀ ਹੁਣ ਤੂੰ ਕਿਹੋ ਜਿਹਾ ਲੱਗਣਾ, ਮੈਨੂੰ ਧੱਕੇ ਨਾ ਮਾਰ, ਮੈਂ ਵੇਖ ਲਿਆ ਤੈਨੂੰ, ਮੈਂ ਤੇਰੇ ਘਰ ਰਹਿਣ ਨਹੀਂ ਆਈ, ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਵੀ ਨਹੀਂ ਜਾਂਦੀ, ਤੇ ਨਾਲੇ ਹੱਥ ਜੋੜ ਕੇ ਮੇਰੀ ਮਾਂ ਮੈਨੂੰ ਕਹਿੰਦੀ ਹੈ ਮੈਂ ਚੁੰਨੀ ਤੇਰੇ ਪੈਰਾਂ ਤੇ ਰੱਖ ਦੇਣੀ ਹੈ, ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੇ ਬੱਚੇ ਡਰਾ ਦਿੱਤੇ, ਮੈਂ ਨਹੀਂ ਮਿਲਾਏ ਵੀ ਤੇਰੇ ਪੋਤਰੇ ਨੇ ਮਿਲਣਾ, ਆ ਤੇਰੀ ਪੋਤਰੀ ਹੈ। ਕਹਿੰਦਾ ਗੁੱਸਾ ਹੀ ਚੜ ਗਿਆ ਮੈਨੂੰ ਵੀ ਕਿਉਂ ਆ ਗਈ ਇੱਥੇ। ਉਹ ਕਹਿੰਦਾ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਕੱਢਿਆ ਤੇ ਉਹ ਗਈ, ਗੇਟ ਬੰਦ ਹੋ ਗਿਆ। ਮੈਂ ਕਹਿੰਦਾ ਬੜਾ ਮੈਨੂੰ ਕਿਉਂ ਆਈ ਇਹ 10 ਸਾਲਾਂ ਬਾਅਦ ਫਿਰ ਮੇਰੇ ਮੱਥੇ ਲੱਗ ਗਈ। ਕਹਿੰਦਾ ਫਿਰ 5 ਸਾਲ ਲੰਘ ਗਏ, ਸਾਡੇ ਸਕੂਲ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਮੈਂ ਪੜ੍ਹਿਆ ਸਾਂ ਪ੍ਰਾਇਮਰੀ, ਤੇ ਮੈਨੂੰ ਵੀ ਚਿੱਠੀ ਆਈ ਜਦੋਂ ਸਾਰੇ ਬੱਚਿਆਂ ਨੂੰ, ਉਹਨਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਸਟੂਡੈਂਟਸ ਪੜ੍ਹ ਕੇ ਗਏ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਵੀ ਜਿਹੜੇ ਅੱਜ ਚੰਗੀਆਂ ਜੌਬਾਂ ਤੇ ਆਫਿਸਰ ਬਣ ਗਏ ਉਹ ਆਓ। ਸਕੂਲ ਵਿੱਚ ਇੱਕ ਫੰਕਸ਼ਨ ਹੋਣਾ ਸੀ, ਮੈਨੂੰ ਯਾਦ ਕੀਤਾ ਗਿਆ। ਮੈਂ ਕਹਿੰਦਾ ਆਪਣੇ ਪਿੰਡ ਦੁਬਾਰਾ ਗਿਆ ਤੇ ਮੈਂ ਘਰ ਵਾਲੀ ਨੂੰ ਝੂਠ ਬੋਲ ਕੇ ਗਿਆ ਵੀ ਮੈਂ ਚੱਲਿਆ ਕਿਤੇ ਹੋਰ ਆ, ਤੇ ਮੈਂ ਕਹਿੰਦਾ ਮਾਂ ਕੋਲ ਨਹੀਂ ਗਿਆ, ਮੈਂ ਸਿੱਧਾ ਸਕੂਲ ਗਿਆ। ਸਕੂਲ ਜਾ ਕੇ ਮੈਂ ਉਹ ਫੰਕਸ਼ਨ ਅਟੈਂਡ ਕੀਤਾ ਆਪਣੇ ਪਿੰਡ ਚ, ਮੈਨੂੰ ਖੁਸ਼ੀ ਹੋਈ, ਮੇਰੇ ਪੁਰਾਣੇ ਯਾਰ ਮਿਲੇ, ਮੇਰੇ ਪੁਰਾਣੇ ਦੋਸਤ ਮਿਲੇ। ਮੈਂ ਬੱਸ ਸਟੈਂਡ ਵੱਲ ਜਾ ਰਿਹਾ ਸਾਂ, ਮੈਨੂੰ ਨਹੀਂ ਆਇਆ ਵੀ ਮੈਂ ਮਾਂ ਨੂੰ ਮਿਲਾਂ। ਫਿਰ ਮਨ ਚ ਆਇਆ ਵੀ ਇਹ ਜਿਹੜਾ ਘਰ ਹੈ ਵੀ ਤੇ ਮੇਰਾ, ਥੋੜੀ ਬਹੁਤ ਜ਼ਮੀਨ ਵੀ ਮੇਰੀ ਹੈ ਵੀ ਪੁੱਛ ਲਾਂ ਚਲੋ ਮਾਂ ਨੂੰ, ਲਾਲਚੀ ਹੈ ਨਾ ਮਨ। ਤੇ ਕਹਿੰਦਾ ਮੈਂ ਸੋਚਿਆ ਵੀ ਚਲੋ ਜਾਂਦਾ ਜਾਂਦਾ ਆਪਣੀ ਮਾਂ ਨੂੰ ਇਹ ਪੁੱਛ ਲੈਂਦੇ ਹਾਂ ਵੀ ਕੀ ਕੁਝ ਇੱਥੇ ਘਰ, ਮਾੜਾ ਮੋਟਾ 1-2 ਲੱਖ ਦਾ ਜਿੰਨੇ ਦਾ ਵਿਕੇਗਾ ਉਹ ਵੀ ਵੇਚ ਵੂਚ ਲਾਂਗੇ ਚਲੋ। ਕਹਿੰਦਾ ਮੈਂ ਤੁਰਿਆ ਜਾਂਦਾ, ਮੈਂ ਕਿਹਾ ਚਲੋ ਘਰ ਗੇੜਾ ਮਾਰਨੇ। ਮੈਂ ਘਰ ਗਿਆ ਨਾ ਜਦੋਂ ਤੇ ਮੇਰਾ ਘਰ ਖੁੱਲਾ ਪਿਆ ਸੀ, ਮਾੜਾ ਮੋਟਾ ਟੁੱਟਿਆ ਜਿਹਾ ਸਮਾਨ ਪਿਆ ਘਰ ਵਿੱਚ, ਮੈਂ ਵੇਖਾਂ ਵੀ ਬੇਬੇ ਕਿੱਥੇ ਹੈ, ਲੱਭਦਾ ਰਿਹਾ ਨੇੜੇ ਤੇੜੇ ਦਿਸੀ ਨਾ। ਇਹਨਾਂ ਨੂੰ ਇੱਕ ਗਵਾਂਢੀ ਆਇਆ, ਉਹ ਆ ਕੇ ਮੈਨੂੰ ਪੁੱਛਦਾ, ਸੁਰਿੰਦਰ ਨਾਂ ਉਹਨੇ ਲਿਖਿਆ, ਸੁਰਿੰਦਰ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ, 10 ਦਿਨ ਤੇਰੀ ਮਾਂ ਮਰੀ ਨੂੰ ਹੋ ਗਏ, ਪਰ ਉਹ ਇੱਕ ਚਿੱਠੀ
ਛੱਡ ਗਈ ਹੈ ਤੇਰੇ ਵਾਸਤੇ ਉਹ ਚਿੱਠੀ ਤੂੰ ਪੜ੍ਹ ਲੈ। ਕਹਿੰਦਾ ਜਦੋਂ ਮੈਨੂੰ ਕਿਹਾ ਮਰ ਗਈ ਮੈਂ ਆਖਿਆ ਮਗਰੋਂ ਲੈ ਦੱਸ ਕੋਈ ਦੁੱਖ ਨਹੀਂ ਕਹਿੰਦਾ ਕੋਈ ਝਟਕਾ ਨਹੀਂ ਕੋਈ ਤਕਲੀਫ ਨਹੀਂ ਹੋਈ ਵੀ ਮੇਰੀ ਮਾਂ ਮਰ ਗਈ ਕੋਈ ਦਰਦ ਨਹੀਂ ਮੈਂ ਆਖਿਆ ਮਗਰੋਂ ਲੈ ਗਈ ਹੁਣ ਮੇਰੇ ਮੱਥੇ ਨੇ ਲੱਗਣਾ ਨਹੀਂ ਚਲੋ ਕਹਿੰਦਾ ਉਹਨੇ ਚਿੱਠੀ ਦਿੱਤੀ ਮੈਨੂੰ ਔਰ ਇਹ ਕਿਹਾ ਕਿ ਪੜ੍ਹ ਲਈ ਕਹਿੰਦਾ ਉਹ ਗੁਆਂਢੀ ਚਲਿਆ ਗਿਆ ਮੈਂ ਉੱਥੇ ਮੰਜਾ ਪਿਆ ਸੀ ਮੰਜੇ ਤੇ ਬਹਿ ਗਿਆ ਜੀ ਕਰੇ ਨਾ ਚਿੱਠੀ ਪੜ੍ਹਨ ਨੂੰ ਫਿਰ ਮੈਂ ਕਿਹਾ ਚੱਲ ਪੜ੍ਹ ਲੈਂਦੇ ਚਿੱਠੀ ਖੋਲੀ ਦੇ ਵਿੱਚ ਲਿਖਿਆ ਸੀ ਪੁੱਤਰ ਜਦੋਂ ਤੂੰ ਇਹ ਚਿੱਠੀ ਪੜ੍ਹੇਗਾ ਹੋ ਸਕਦਾ ਮੈਂ ਉਦੋਂ ਤੱਕ ਨਾ ਹੋਵਾਂ ਦੁਨੀਆਂ ਵਿੱਚ ਕਿਉਂਕਿ ਮੈਨੂੰ ਮੇਰੀ ਮੌਤ ਨਜ਼ਦੀਕ ਜਾਪਦੀ ਵੀ ਮੈਂ ਮਰ ਜਾਣਾ ਤੇ ਮੈਂ ਚਿੱਠੀ ਲਿਖ ਕੇ ਗੁਆਂਢੀਆਂ ਨੂੰ ਦੇ ਚੱਲੀ ਆ ਮੈਨੂੰ ਪਤਾ ਤੂੰ ਪਿੰਡ ਆਉਣਾ ਪ੍ਰੋਗਰਾਮ ਹੈ ਤੂੰ ਆਏਗਾ ਜ਼ਰੂਰ ਮੈਨੂੰ ਪਤਾ ਤੇ ਮੈਂ ਹੋਣਾ ਨਹੀਂ ਉਦੋਂ ਮਰ ਗਈ ਹੋਵਾਂਗੀ ਪੁੱਤਰਾ ਚਿੱਠੀ ਮੈਂ ਦੇ ਚੱਲੀ ਆ ਤੇ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹੁੰਦੀ ਹਾਂ ਵੀ ਮੈਂ ਸਾਰੀ ਜ਼ਿੰਦਗੀ ਤੈਨੂੰ ਤੰਗ ਹੀ ਕੀਤਾ ਤੇਰੇ ਸਾਹਮਣੇ ਆ ਕੇ ਪਰ ਮੈਂ ਤੈਨੂੰ ਇੱਕ ਜਾਂਦੀ ਵਾਲੀ ਗੱਲ ਦੱਸਣੀ ਚਾਹੁੰਦੀ ਹਾਂ ਵੀ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਦੋ ਹੀ ਸਨ ਧਿਆਨ ਦੇ ਮੈਂ ਵਿਆਹੀ ਆਈ ਸਾਂ ਮੈਂ ਸੋਹਣੀ ਵੀ ਸਾਂ ਮੇਰੀਆਂ ਅੱਖਾਂ ਵੀ ਦੋ ਸਨ ਠੀਕ ਸਾਂ ਮੈਂ ਪੁੱਤਰਾ ਨਿੱਕਾ ਹੁੰਦਾ ਖੇਡਦਾ ਸਹਿ ਪਿਆ ਖੇਡਦੇ ਖੇਡਦੇ ਦੇ ਡੱਕਾ ਅੱਖ ਚ ਵੱਜਿਆ ਤੇਰੀ ਅੱਖ ਨਿਕਲ ਗਈ ਡਾਕਟਰ ਕਹਿੰਦੇ ਕਾਣਾ ਹੋ ਗਿਆ ਤੇਰਾ ਪੁੱਤ ਡਾਕਟਰਾਂ ਨੂੰ ਮੈਂ ਆਖਿਆ ਓਏ ਮੇਰੀ ਅੱਖ ਕੱਢ ਕੇ ਇਹਦੇ ਪਾ ਦੇ ਮੈਂ ਪੁੱਤਰਾ ਇਸ ਕਰਕੇ ਕਾਣੀ ਬਣ ਗਈ ਮੈਂ ਇੱਕ ਅੱਖ ਤਾਂ ਕਢਾਈ ਕਿ ਮੇਰਾ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਮੈਂ ਮਨਹੂਸ ਨਹੀਂ ਮੈਂ ਬਦਸੂਰਤ ਨਹੀਂ ਸਾਂ ਮੈਂ ਆਪਣੇ ਪੁੱਤਰ ਨੂੰ ਸੋਹਣਾ ਬਣਾਉਣ ਲਈ ਆਪ ਬਦਸੂਰਤ ਬਣ ਗਈ ਸਾਂ ਮੇਰੀ ਇੱਕ ਅੱਖ ਨਹੀਂ ਜਿਹੜੀ ਤੇਰੇ ਅੱਖ ਹੈ ਨਾ ਲੱਗੀ ਹੋਈ ਇਹ ਮੇਰੀ ਹੋਈ ਕਹਿੰਦਾ ਇੰਨੀ ਗੱਲ ਜਦੋਂ ਮੇਰੀ ਮਾਂ ਨੇ ਲਿਖੀ ਤੇ ਮੈਂ ਪੜ੍ਹੀ ਮੇਰੀ ਭੁੱਬ ਨਿਕਲ ਗਈ ਫੇਰ ਆਖਿਆ ਉਹ ਮਾਂ ਮੈਂ ਕੀ ਕਰਦਾ ਰਿਹਾ ਸਾਰੀ ਜ਼ਿੰਦਗੀ ਤੇਰੇ ਨਾਲ ਧੱਕੇ ਮਾਰਦਾ ਰਿਹਾ ਤੈਨੂੰ ਘਰੋਂ ਕੱਢਦਾ ਰਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਤੇ ਮੈਂ ਕੀ ਕਰਦਾ ਰਿਹਾ ਪਰ ਧੰਨ ਉਹ ਮਾਂ ਜਿਹਨੇ ਆਖਿਆ ਮੇਰਾ ਪੁੱਤਰ ਦੁਨੀਆ ਵੇਖੇ ਮਾਂ ਮੇਰੀ ਆ ਇੱਕ ਅੱਖ ਤੇਰੀ ਸੀ ਤੂੰ ਪਹਿਲਾਂ ਕਿਉਂ ਨਾ ਦੱਸਿਆ ਮੈਂ ਮੂਰਖ ਸਾਰੀ ਜ਼ਿੰਦਗੀ ਕੀ ਕਹਿੰਦਾ ਰਿਹਾ ਮਾਂ ਨੂੰ ਹੁਣ ਹੁਣ ਵੇਖੋ ਕੀ ਬਣਦਾ ਪਛਤਾਇਆ ਤੇ ਕੀ ਹੋਏਗਾ ਅੱਜ ਬਜ਼ੁਰਗ ਮਾਤਾ ਪਿਤਾ ਸਾਡੇ ਘਰਾਂ ਚ ਨੇ ਪਰਿਵਾਰਾਂ ਚ ਨੇ ਸੇਵਾ ਕਰੋ ਬਜ਼ੁਰਗਾਂ ਦੀ ਮੈਂ ਅਰਜ਼ ਕਰਾਂਗਾ ਵੇਖੋ ਪਿਆਰਿਓ ਮਾਂ ਜਦੋਂ ਅੰਦਰੋਂ ਅਸੀਸ ਦਿੰਦੀ ਹੈ ਉਹਦੀ ਅਸੀਸ ਵਿੱਚ ਬੜੀ ਜਦੋਂ ਮਾਂ ਬਦਦੁਆ ਦਿੰਦੀ ਏ ਉਹ ਲੈ ਬਹਿੰਦੀ ਗੁਰਮੁਖ ਉਹ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਜਿਹੜਾ ਆਪਣੀ ਮਾਂ ਨੂੰ ਦੁਖੀ ਕਰਦਾ ਧਿਆਨ ਦਿਓ ਗੁਰਮੁਖੋ ਮੇਰੀ ਇੱਕ ਗੱਲ ਵੱਲ ਧਿਆਨ ਦਿਓ ਤੁਸੀਂ ਲੋਕ ਵੇਖਦੇ ਹੋ ਕਿ ਕਿਹੜਾ ਬੱਚਾ ਤੁਹਾਡਾ ਕੀ